ਨਹੀਂ ਜਾਣਦੇ ਆ ਡੈਡੀ ਹੁਣੀ ਆਏ ਨਹੀਂ ਹਜੇ ਡੈਡੀ ਹੁਣਾਂ ਨੂੰ ਕੀ ਪਤਾ ਉਹ ਕਿੱਦਾਂ ਦਾ ਵਾ ਉਹ ਤੇ ਮੈਂ ਹੀ ਜਾਣਦੀ ਹਾਂ ਨਾ ਐਡਾ ਗੰਦਾ ਬੰਦਾ ਉਹਨੇ ਤਾਂ ਮੰਨਣਾ ਹੀ ਨਹੀਂ ਉਹ ਭਾਈ ਮੇਰਾ ਕਸੂਰ ਕੱਢੀ ਜਾਵੇ ਉਹਨੂੰ ਕਿਹਦਾ ਇੰਨੀ ਅਕਲ ਹੈਗੀ ਆ ਸੁੱਖੀ ਸਾਂਦੀ ਲੜਾਈ ਨਾ ਹੋ ਜੇ ਮੈਨੂੰ ਨਹੀਂ ਦੱਸਣਾ ਚਾਹੀਦਾ ਗਲਤੀ ਤਾਂ ਨਹੀਂ ਕਰ ਲਈ ਕਦੇ ਮੈਂ ਦੱਸ ਕੇ ਐਵੇਂ ਲੜ ਪੜ ਭਾਈ ਡੈਡੀ ਹੁਣਾਂ ਨਾਲ राह सारा काम ही खराब करता वा हले है तू लागे शागे लभ लैंदे हिसाब किताब मैं पूरा करूंगा भरावा होर ना पुट्ठा सीधा काम कर ले अगे साढ़े बापू की सारी उम्र जेल च लंघ जानी है शरण नहीं शरण मैं कदे दी वेखण दी तेरा तू चुप करके बैठी की गल की है मैं अंदर कदे दी वेखण दी है तू तो इत्थे बैठी है सुख तां हैगी ना तेरा डैडी भी नहीं देखदा ना पिंदर ही देखण दिया मम्मी जी डैडी हुणी गए ने मैं इकल्ले ने किते उहना मैनूं तंग करदा ही कोई हाय कौन तंग करदा है तंग किन्ने करना उही जग्गी हाय हाय मर्जी एदियां किते लत्तां वड गई अंतरे दियां इह हजे भी शरीर साडे पिछे नहीं लत्तदा हैगा ਤੇ ਤੂੰ ਆਪਣੇ ਡੈਡੀ ਨੂੰ ਤੇ ਪਿੰਦਰ ਨੂੰ ਕੋਈ ਦੱਸਿਆ ਮੈਨੂੰ ਦੱਸਦੀ ਮੈਂ ਉਹਦੀ ਦਾਦੀ ਨੂੰ ਲਾਮਾ ਦਿੰਦੀ ਉਹ ਕਿਤੇ ਕਿਸੇ ਨੂੰ ਕੁਛ ਕਰਨ ਨਹੀਂ ਦਿੰਦੀ ਉਹਨੂੰ ਪਤਾ ਲੱਗਦਾ ਮੇਰੇ ਪੁੱਤ ਦੀ ਗਲਤੀ ਹੈ ਮੰਮੀ ਮੈਂ ਉਹਨਾਂ ਨੂੰ ਦੱਸਣਾ ਸੀ ਨਾ ਮੈਂ ਜਦੋਂ ਗਲਤੀ ਨਹੀਂ ਮੈਂ ਤੇ ਗੱਲ ਕਰਨੀ ਸੀ ਧੀਏ ਗਲਤ ਤੇਰੀ ਠੀਕ ਆ ਪਰ ਜਦੋਂ ਬੰਦਿਆਂ 'ਚ ਗੱਲਾਂ ਚੱਲ ਜਾਣ ਨਾ ਤੇ ਗੱਲਾਂ ਬੜੀਆਂ ਲੰਮੀਆਂ ਚੌੜੀਆਂ ਹੋ ਜਾਂਦੀਆਂ ਤੂੰ ਮੈਨੂੰ ਦੱਸਦੀ ਮੈਂ ਇੱਥੇ ਹੀ ਕੋਈ ਨਾ ਕੋਈ ਵਾਧਾ ਘਾਟਾ ਕਰਕੇ ਤੇ ਕਿਸੇ ਨੂੰ ਪਤਾ ਹੀ ਨਾ ਲੱਗਣ ਦਿੰਦੀਆਂ ਤੇ ਉਹਦੇ ਘਰ ਤੱਕ ਤੇ ਪਹੁੰਚ ਦੇ ਮੰਮੀ ਜੀ ਨਹੀਂ ਮੈਂ ਤੰਗ ਸੀ ਨਾ ਉਹ ਮੈਂ ਜਾਣਦੀ ਆ ਮੈਂ ਆਕ ਕੇ ਗੱਲ ਕੀਤੀ ਹੁਣ ਘਰ ਮੰਮੀ ਜੀ ਤੁਸੀਂ ਫਿਕਰ ਨਾ ਕਰੋ ਡੈਡੀ ਹੁਣੀ ਬੜੇ ਸਿਆਣੇ ਨੇ ਮੈਂ ਕਿਹਾ ਲੰਬੜਦਾਰ ਨੇ ਜਦੋਂ ਮਾਰਿਆ ਨਾ ਦਾਬਾ ਡਰ ਗਿਆ ਫਿਰ ਇੱਕ ਵਾਰੀ ਡੈਡੀ ਝੂਠੇ ਜੀ ਹੀ ਪਹਿਲਾਂ ਲੱਗਾ ਸੀ 9-13 ਕਰਨ ਜਦੋਂ ਉਹਨੇ ਵੇਖਿਆ ਨਾ ਵੀ ਹੁਣ ਇਹਨਾਂ ਨੇ ਮੈਨੂੰ ਥਾਣੇ ਖੜਨਾ ਵਾ ਤੇ ਥਾਣੇ ਤੋਂ ਤਾਂ ਸਾਰੇ ਚਾਲੂ ਹੁੰਦੇ ਹੀ ਏ ਉਦਾਂ ਲੰਬੜਦਾਰ ਵੀ ਬੰਦਾ ਬੜਾ ਵਧੀਆ ਨਾ ਨਹੀਂ ਉਹਨੇ ਐ ਵਧੀਆ ਪੂਰੀ ਗੱਲ ਮੋਹਤ ਬੇਰਾਂ ਵਾਲੀ ਗੱਲ ਕੀਤੀ ਆ ਮਜ਼ਾ ਹੀ ਫੇਰ ਆ ਹੈ ਜੇ ਦੋਵੇਂ ਬੰਨੇ ਵਧੀਆ ਗੱਲ ਕਰੇ ਫੇਰ ਆ ਵੇਖੋ ਜਿਹੜੇ ਵੀ ਝੂਠੇ ਨੂੰ ਝੂਠਾ ਸੱਚੇ ਨੂੰ ਸੱਚਾ ਹਾਂ ਮੋਹਤ ਫੇਰ ਤਾਂ ਕੰਮ ਹੀ ਇਹ ਹੁੰਦਾ ਵਾ ਵੀ ਸੱਚੀ ਗੱਲ ਕਰੇ ਤੇ ਜੇ ਪਾਰਟੀਆਂ ਬੰਨਣੀਆਂ ਵਾ ਤੇ ਝੂਠੀਆਂ ਗੱਲਾਂ ਕਰਨੀਆਂ ਨੇ ਫੇਰ ਉਹ ਕਹਦਾ ਮੋਹਤ ਫੇਰ ਹੁੰਦਾ ਵਾ ਫਾਇਦਾ ਹੀ ਨਹੀਂ ਉਹਦੇ ਨਾਲ ਕੋਈ ਲੰਬੜਦਾਰ ਸਰਪੰਚ ਨਾ ਹੀ ਬਣੇ ਫੇਰ ਚੰਗਾ ਵਾ ਐਦਾਂ ਦਾ ਬੰਦਾ ਵੇਖਿਆ ਉਸੇ ਵੇਲੇ ਉੱਥੇ ਕੰਮ ਹੋ ਗਿਆ ਕੋਈ ਨਹੀਂ ਭਾਬੀ ਨੂੰ ਦੱਸਨੇ ਆ ਜੇ ਗਾਂ ਗੱਲ ਕਰੇਗਾ ਫੇਰ ਆਹਾਂਗੇ ਉਹਨੂੰ ਦੱਸੀ ਤੂੰ ਆਹੋ ਨਹੀਂ ਉਹਨਾਂ ਕਰਨੇ ਗੱਲ ਆ ਜਾ ਪੁੱਤ ਫਿਕਰ ਤੂੰ ਹੁੰਦਾ ਹੀ ਆ ਨਾ ਡੈਡੀ ਹੁਣੀ ਆ ਗਈ ਕੀ ਡੈਡੀ ਜੀ ਹੋਇਆ ਬੈਠੋ ਪੁੱਤ ਬੈਠੋ ਦੱਸਨੇ ਆ ਡੈਡੀ ਜੀ ਛੇਤੀ ਦੱਸੋ ਕੀ ਗੱਲ ਹੋਈ ਉੱਥੇ ਡੈਡੀ ਜੀ ਮੈਨੂੰ ਬੜਾ ਫਿਕਰ ਲੱਗਾ ਦੱਸੋ ਛੇਤੀ ਸ਼ਰਮ ਤੋਂ ਫਿਕਰ ਨਾ ਕਰ ਸਾਰਾ ਮਸਲਾ ਹੱਲ ਕਰ ਰਹੇ ਆ ਅਸੀਂ ਗਏ ਹਾਂ ਲੰਬੜਦਾਰ ਵੱਲ ਅਸੀਂ ਫਿਰ ਉਸ ਲੰਬੜਦਾਰ ਨੂੰ ਨਾਲ ਲਿਆ ਤੇ ਉਹ ਗਿਆ ਸਾਡੇ ਨਾਲ ਤੇ ਉਹ ਦੋਵੇਂ ਭਰਾ ਹੀ ਕੁਦਰਤੀ ਸਾਨੂੰ ਟੱਕਰ ਗਏ ਤੇ ਉੱਥੇ ਫਿਰ ਗੱਲਬਾਤ ਹੋਈ ਤੇ ਪਹਿਲਾਂ ਤਾਂ ਲੱਗਾ ਸੀ 9-13 ਕਰਨ ਤੇ ਮੁੜ ਕੇ ਫਿਰ ਲੰਬੜਦਾਰ ਆਉਂਦਾ ਵੀ ਮੈਂ ਜਾ ਕੇ ਨਾ ਤੇਰੇ ਉਲਟ ਗਵਾਹੀ ਦੇਣੀ ਆ ਥਾਣੇ ਜਾਣਾ ਮੈਂ ਤੇ ਹੁਣ ਤੂੰ ਵੇਖ ਲੈ ਕਿੱਦਾਂ ਕਰਨੀ ਆ ਉਹ ਕਹਿੰਦਾ ਸੀ ਵੀ ਤੂੰ ਉਹਦੇ ਕੋਲ ਕੁੜੀ ਕੋਲ ਵੀ ਮਾਫ਼ੀ ਮੰਗ ਕੇ ਆ ਇਹਨਾਂ ਦੀ ਨੂੰਹ ਕੋਲੋਂ ਤੇ ਇਹਨਾਂ ਕੋਲ ਵੀ ਮੰਗ ਤੇ ਵੇਰ ਗਿਆ ਸੀ ਮੈਂ ਮਾਫ਼ੀ ਕਿਉਂ ਮੰਗਾਂ ਤੇ ਅਸੀਂ ਕਿਹਾ ਫਿਰ ਚਲੋ ਨਹੀਂ ਮੰਗਦਾ ਤਾਂ ਕੋਈ ਗੱਲ ਨਹੀਂ ਚਲੋ ਚੱਲਦੇ ਹਾਂ ਥਾਣੇ ਤੇ ਜਦੋਂ ਲਿਆ ਥਾਣੇ ਦਾ ਨਾ ਤੇ ਮੁੜ ਕੇ ਦਵਾਦਾ ਫਿਰ ਬਸ ਉੱਥੇ ਹੀ ਝਿੱਗ ਛੁੱਟ ਗਈ ਮੁੜ ਕੇ ਉਹਦਾ ਭਰਾ ਵੀ ਕਹਿਣ ਡਿਆ ਪਿਆ ਨਹੀਂ ਨਹੀਂ ਥਾਣੇ ਕੋਲ ਜਾਣਾ ਵਾ ਉਹ ਫਿਰ ਉਹਨੂੰ ਡਿਆ ਪਿਆ ਐਵੇਂ ਦਾਬੇ ਜੇ ਮਾਰਨ ਮੰਗੋ ਮਾਫ਼ੀ ਇਹਨਾਂ ਕੋਲੋਂ ਤੂੰ ਗਲਤੀ ਕੀਤੀ ਆ ਗੱਲ ਤਾਂ ਉਹਨਾਂ ਦੀ ਇੱਕੋ ਸੀ ਪਰ ਇਹ ਆ ਵੀ ਡਰ ਗਏ ਉੱਦਾਂ ਤੇ ਹੁਣ ਮਾਫ਼ੀ ਮੰਗੇ ਆ ਗਾਂਹ ਕੋਈ ਗੱਲਬਾਤ ਨਹੀਂ ਹੁੰਦੀ ਲੰਬੜਦਾਰ ਨੇ ਪੂਰੀ ਐਂ ਚੇਤਾਵਨੀ ਦਿੱਤੀ ਆ ਉਹਨੇ ਕਿਹਾ ਜੇ ਕੋਈ ਗਾਂਹ ਗੱਲ ਹੋਈ ਤਾਂ ਵੇਖੀ ਤੇਰਾ ਬਣਦਾ ਕੀ ਆ ਤੇ ਨਾਲ ਇਹ ਆ ਵੀ ਜੇ ਕੋਈ ਗਾਂਹ ਗੱਲਬਾਤ ਹੋਵੇ ਤਾਂ ਤੂੰ ਦੱਸਣਾ ਵਾ ਭਾਬੀ ਤੁਸੀਂ ਫਿਕਰ ਨਹੀਂ ਕਰਨੀ ਅਸੀਂ ਜਿਉਂਦੇ ਜਾਗਦੇ ਹਾਂ ਮੇਰਾ ਭਰਾ ਮਰ ਗਿਆ ਅਸੀਂ ਨਹੀਂ ਮਰੇ ਅਸੀਂ ਇਹ ਗੱਲ ਤਾਂ ਨਹੀਂ ਡਾਈ ਜ਼ਿਆਦਾ ਵੀ ਲੋਕਾਂ ਮੁੜ ਕੇ ਝੂਠੀ ਗੱਲ ਵੀ ਇਹਨਾਂ ਆਖਣਾ ਆ ਇਹ ਜੇਬ ਆ ਵੀ ਇਹਨਾਂ ਦੀ ਗਲਤੀ ਆ ਇਹੋ ਜਿਹੀਆਂ ਗੱਲਾਂ ਨਹੀਂ ਬਾਹਰ ਜ਼ਿਆਦਾ ਕਰੀਦੀਆਂ ਤੇ ਚਲੋ ਕੋਈ ਨਹੀਂ ਗਾਂਹ ਤੋਂ ਨਹੀਂ ਕਰਦਾ ਇਹ ਪੂਰੀ ਚੇਤਾਵਨੀ ਦੇ ਕੇ ਆਏ ਹਾਂ ਉਹਨੂੰ ਵਧੀਆ ਕੀਤਾ ਡੈਡੀ ਜੀ ਤੁਸੀਂ ਗੱਲ ਕਰ ਲਈ ਆ ਡਰਿਆ ਸੀ ਨਾ ਫਿਰ ਥੋੜਾ ਬਹੁਤਾ ਜਾਂ ਨਹੀਂ ਨਹੀਂ ਤੈਨੂੰ ਕੀ ਲੋੜ ਆ ਫਿਕਰ ਕਰਨ ਦੀ ਲੱਤਾਂ ਵੱਢ ਕੇ ਸ਼ਰੀਕ ਦੀਆਂ ਮੈਂ ਝੋਲੇ 'ਚ ਪਾਵਾਂਗੀ ਜੇ ਮੈਨੂੰ ਤੁਸੀਂ ਖੁੱਲੀ ਛੁੱਟੀ ਦਿਓ ਨਾ ਤਾਂ ਮੈਂ ਇਹਨਾਂ ਦੇ ਘਰ ਜਾ ਕੇ ਲੀਰਾਂ ਲਾ ਕੇ ਆਵਾਂ ਵੇਖਿਓ ਕਿੱਦਾਂ ਮੰਨਦੇ ਕਿ ਨਹੀਂ ਮੰਨਦੇ ਕੋ
तू हुण कोई नवें सिरे गल ना छेड़दी एवं लाला लाला ना करा दी मुकदी पिंड दे विच सारी गल मुकाया वा वो तो बेचारा बंदा ही बड़ा गऊ वा रब दे नां वाला बंदा वा इहो जिहे मोतबेर होने चाहिए पिंडां दे विच किसे दी लड़ाई नहीं होंदी सारी गल मुकाया वा जे तू हुण जाके उत्थे रौला पाएगी तो उहदे पले मासरे की पले रह जूगा हुण ना जाएगी देवी मुक्की मुक्की गल नूं मुड़के दोबारा नहीं पुट्टी देगा वो तो मैं ताड़ी गल माननी हाँ पर जी यदि दादी है ना एड्डी चुगलखोर चौवें जनानियों से खलो जाए तो किसी गल नहीं कर दी जे नहीं अणख वाले होंगे ना तो ये भला दोवें पोते विआए ना जाते ही तो इन्हों रिश्ते नहीं होंगे करतूतां ही माड़ियां ने अंतरे सड़े फूके किस थां दे मेरा भी जवान पुत लैके बह गए मम्मी हैदां दियां ना गल्लां करो कल नूं मुंडे ने भी जवान होना है जे उन्हूं पता लगेगा तो वैर विरोध वधना चलो कोई नहीं छड्डो जो हो गया वा तो मिट्टी पाओ हुण जो भी है तो अपना काम कार करो निबड़ गई गल जो भी है हुण डैडी जी मैनू इन्नी टेंशन ही ना मेरा भी मन हल्का हो गया वा तुम उधरों आए जे नाले एक गल होर मैं करनी ही मैं हुण नौकरी नीचे करनी डैडी जी सब कुछ रब ने सानू दिता वा मैं घरे रह के अपना मुंडा ही पालना वा शरण मैं तेनू नौकरी कराने विच ते पहला ही नहीं हैगा पर मैं यह सोचना हाँ भी चल एडा वड्डा काम होया वा ते कुड़ी कहण डई है ते चल कितें जाया जुया करूगी तां दिल लगा रहूगा किसे अपने सहेली भैन लागे बहूगी जाके कितें बंदे दा मन होर हो जांदा वा मैं ते इस करके नहीं सी तेनू रखिया ते कोई गल नहीं तू रह घर ही क्यों पिंदर ये सारा डब्बर की खिचड़ी पकाउन दे आ सुना भला की कहन दे एक ते आवाज भी नहीं साफ होन दी अच्छा ये गल आ किड्डे चलाक ने सारे जाने बिल्कुल डैडी जी सही गल है आपां तां नहीं डक्या भाभी नूं चलो इन्हें पढ़ाई भी की जे डकते तो इन्हें आखना ही मैंने जान के डकते हैं तो जे नहीं जाना सगो ना जाऊँ वधिया सारा कुछ है अपने घर पर ठीक है शरण वधिया गल वा तू अपना मुंडा पाल कोई गल नहीं तू घर भी रहेंगी तो कोई नहीं हो जाऊगा टाइम पास साडा चल आ मेरी धी कोई काम कर करिए है पकाओ राशन पानी खाइए रोटी पानी है नाले पिंदर साहब मेरी गल सुन चल वधिया कीता कुड़ी ने बंदा दसता वा जे कुड़ी ना ना दसदी इन्होंने भरावा सिर पर बहना ही डैडी भलवान सिंह का जमाना ही है नहीं नाले जो सरीका होंगे वा ना जे ये तो एक पैर पछाण पुटिए ना ये समझता भी मेरे को डरते तो भला मानस तो यह कहता भी इन्होंने कमों रखा की लड़ाइया च की रखा वा लड़ाइया करनिया नहीं चाहिए घाटा ही है लड़ाई च घाटा बड़ा वा है पर यह है भी ये दोवें तरह समझे ना वा ना यह है भी ये मुड़ते है नहीं नहीं हूँ लग गया ना बंदा उस वे कुछ क्या नहीं मुड़के तो जे ना गल तो पता लगता ਇਹਨੇ ਕਈ ਦਾ ਕੁਛ ਕਰਨਾ ਸੀ ਵੇਲਾ ਕਿੱਡੇ ਚਲਾਕ ਨੇ ਮੈਨੂੰ ਨੀ ਵਿੱਚ ਬਿਠਾਇਆ ਕਿਹੜੀ ਪਰਿਵਾਰ ਦਾ ਹਿੱਸਾ ਹੀ ਇਹਨੂੰ ਵੀ ਕੁਖ ਦੱਸ ਦਈਏ ਚੱਲ ਕੋਈ ਗੱਲ ਨੀ ਪੁੱਤ ਹੁਣ ਮੈਨੂੰ ਕੋਈ ਗੱਲ ਕਰਕੇ ਜਾਏਗੀ ਕਿੱਥੇ ਵੇਖੀ ਉਸੇ ਵੇਲੇ ਨਾਲ ਹੀ ਨਾ ਸੁਣਾਤੀ ਤੈਨੂੰ ਤੇ ਕਿੱਡੀ ਚਲਾਕ ਕਿਤੇ ਕੂਣ ਨੀ ਦਿੰਦੀ ਹੁੰਦੀ ਮੈਨੂੰ ਹੁਣ ਕੂਕੇ ਵਿਖਾਵੇ ਹਾਂ ਮੇਰੇ ਅੱਗੇ ਉਸੇ ਵੇਲੇ ਠੋਕਵਾਂ ਮੀਨਾ ਮਾਰਿਆ ਕਰਨਾ ਚੱਲ ਮਣਾ ਅੰਦਰ ਜਾਵਾਂ ਪਿੰਦਰ ਆਉਂਦੇ ਤੇ ਇਹਨਾਂ ਨੂੰ ਸਾਰੀ ਗੱਲ ਪੁੱਛਾਂਗੀ ਵੀ ਗੱਲ ਹੋਈ ਕੀ ਹੈ ਲੱਗਦਾ ਮੈਨੂੰ ਹੀ ਜਾਣਾ ਪੈਣਾ ਵਾ ਇਹਨਾਂ ਨੂੰ ਤਾਂ ਜਦੋਂ ਵੇਖੋ ਨਾ ਕੰਮ ਦੀ ਪਈ ਰਹਿੰਦੀ ਪਤਾ ਨਹੀਂ ਕਿੰਨੀਆਂ ਕੁ ਲੰਮੀਆਂ ਗੱਲਾਂ ਕਰੀ ਜਾਂਦੇ ਆ ਕਿੰਨੀ ਸੋਹਣੀ ਠੰਡੀ ਹਵਾ ਆਉਂਦੀ ਆ ਲੈ ਇਹ ਬਾਹਰ ਖਲੋਤੇ ਨੇ ਆਣ ਕਿੱਥੇ ਕੰਮ ਕਰਨ ਨੇ ਮੈਂ ਇਹਨਾਂ ਨੂੰ ਅੰਦਰ ਡੀਕਣ ਨਹੀਂ ਅੰਦਰ ਕਿੱਥੋਂ ਆਉਣਾ ਇਹਨਾਂ ਨੇ ਮੈਨੂੰ ਲੱਗਦਾ ਮੈਨੂੰ ਆਪ ਹੀ ਬਾਹਰ ਜਾਣਾ ਪੈਣਾ ਵੱਡੇ ਸਬਜ਼ੀਆਂ ਲਾਊ ਆਏ ਪਿੰਦਰ ਤੁਸੀਂ ਇੱਥੇ ਪਾਣੀ ਲਾਉਣ ਦਿਓ ਦੁਪਹਿਰੇ ਉਹਨੂੰ ਫੜ ਕੇ ਹੱਥ 'ਚ ਖਲੋਤੇ ਹੋ ਤਾਂ ਉੱਥੇ ਬਹਿ ਜਾਓ ਹਾਂ ਛਾਵੇਂ ਮੈਂ ਵੀ ਉੱਧਰ ਨੂੰ ਚੱਲਿਆ ਨਾਲੇ ਮੈਂ ਤੁਹਾਨੂੰ ਕੁਛ ਪੁੱਛਣਾ ਵਾ ਇਹ ਕਦੇ ਲਈ ਭਰਦੇ ਹੋ ਉਹ ਮੈਂ ਸਬਜ਼ੀਆਂ ਲਾਉਂਦੇ ਹਾਂ ਬਾਜ਼ਾਰ ਦੀਆਂ ਸਬਜ਼ੀਆਂ ਨਿਰਾ ਜ਼ਹਿਰ ਵੇਖਦਾ ਦਵਾਈਆਂ ਪਾ ਪਾ ਕੇ ਕਰੀ ਜਾਂਦੇ ਨੇ ਝੱਟ ਸਬਜ਼ੀਆਂ ਕਰ ਲੈਂਦੇ ਆ ਇਹ 'ਚ ਆਪਾਂ ਰੂੜੀ ਪਾਉਂਦੇ ਹਾਂ ਭਰ ਕੇ ਨਾ
ਰੂੜੀ ਪਾ ਕੇ ਤੇ ਵਧੀਆ ਸਬਜ਼ੀਆਂ ਲਾਵਾਂਗੇ ਆਪਾਂ ਕਿਹੜੀ ਕੋਈ ਦਵਾਈ ਕਰਨੀ ਹੈ ਪਤਾ ਮੈਨੂੰ ਵੀ ਮੈਨੂੰ ਬਹੁਤਾ ਸਮਝਾਉਣਾ ਬਥੇਰਾ ਪੜੀ ਆ ਮੈਂ ਯਾਰ ਤੈਨੂੰ ਮੈਂ ਫਾਇਦਾ ਦੱਸਣ ਦੇ ਸਬਜ਼ੀ ਦਾ ਮੈਨੂੰ ਪਤਾ ਫਾਇਦੇ ਸਬਜ਼ੀਆਂ ਦੇ ਘਰ ਦੀ ਸਬਜ਼ੀ ਵਧੀਆ ਹੁੰਦੀ ਆ ਮੈਨੂੰ ਨਾ ਦੱਸੋ ਤੇ ਮੈਂ ਹੋਰ ਕੀ ਦੱਸਣ ਦਿਆ ਹਾਂ ਮੇਰੀ ਗੱਲ ਸੁਣੋ ਉੱਥੇ ਬਾਹਰ ਕੀ ਗੱਲ ਹੁੰਦੀ ਸੀ ਬਾਹਰ ਗੱਲ ਹੁੰਦੀ ਸੀ ਬਾਹਰ ਕਿਹੜੀ ਗੱਲ ਹੋਈ ਹੈ ਮੈਨੂੰ ਪਾਗਲ ਨਾ ਸਮਝੋ ਮੈਨੂੰ ਸਭ ਪਤਾ ਵਾ ਜਿਹੜੀ ਵੀ ਗੱਲ ਹੋਉਂਦੀ ਨਾ ਮੈਨੂੰ ਵੀ ਦੱਸੋ ਮੈਂ ਵੀ ਇਹ ਘਰ ਦਾ ਮੈਂਬਰ ਆ ਜੇ ਤੈਨੂੰ ਪਤਾ ਹੈ ਫਿਰ ਪੁੱਛਣ ਕਾਹਦੇ ਲਈ ਡਈ ਨਹੀਂ ਜਾਣ ਕੇ ਸਵਾਦ ਲੈਣੇ ਬਸ ਹਨਾ ਮੈਂ ਕੀ ਸਵਾਦ ਲੈਣੇ ਆ ਮੈਨੂੰ ਮੜੀ ਮੜੀ ਗੱਲ ਸੁਣਨ ਦੀ ਕੀ ਕੀਤਾ ਸ਼ਰਨ ਦੀਦੀ ਨੇ ਨਾਲੇ ਤੁਸੀਂ ਕਹਿੰਦੇ ਇਹਦੀ ਨੌਕਰੀ ਵੀ ਛਡਾ ਦੇਣੀ ਆ ਕੋਈ ਵੱਡਾ ਹੀ ਕੰਮ ਲੱਗਦਾ ਕੀਤਾ ਵਾ ਜਿਹੜਾ ਤੁਸੀਂ ਏਦਾਂ ਬੋਲਣ ਦੇ ਹੋ ਤੇ ਮੈਨੂੰ ਸਾਰੀ ਗੱਲ ਦੱਸੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੋ ਵੀ ਹੋਇਆ ਵਾ ਗੱਲ ਹੋਣੀ ਕੀ ਗੱਲ ਹੋਈ ਵੀ ਉਹ ਜੱਗੀ ਨਹੀਂ ਜਿਹੜਾ ਉਹ ਭਾਬੀ ਨੂੰ ਕਰਦਾ ਸੀ ਤੰਗ ਅੱਛਾ ਉਹਦੇ ਵੱਲ ਗਏ ਲੰਬੜਦਾਰ ਨੂੰ ਲੈ ਕੇ ਹਾਂ ਉਹਨੇ ਤੇ ਚੰਗੀ ਉੱਥੇ ਕੀਤੀ ਉਹਦੀ ਤੇ ਭਾਬੀ ਗਲਤ ਹੋ ਗਈ ਤਾਂ ਹੀ ਤੇ ਉਹ ਕਰਦਾ ਸੀ ਨਾ ਉਹ ਨਹੀਂ ਨਹੀਂ ਭਾਬੀ ਨਹੀਂ ਗਲਤ ਹੈਗੀ ਤੇ ਨਾਲੇ ਜਿਹੜੀ ਇਹ ਨੌਕਰੀ ਵਾਲੀ ਗੱਲ ਹੈ ਨਾ ਨਾ ਹੀ ਭਾਬੀ ਨੂੰ ਕਿਹਾ ਸੀ ਵੀ ਨੌਕਰੀ ਕਰ ਤੇ ਨਾ ਛਡਾਈਏ ਉਹ ਆਪਣੀ ਮਰਜ਼ੀ ਨਾਲ ਉਹਨੇ ਕੀਤੀ ਤੇ ਆਪਣੀ ਮਰਜ਼ੀ ਨਾਲ ਹੀ ਛੱਡੀਏ ਤੇ ਜਦੋਂ ਮੈਂ ਤੁਹਾਨੂੰ ਪਹਿਲਾਂ ਸਮਝਾਉਣੀ ਹੁੰਨੀ ਹਾਂ ਵੀ ਇਹ ਨਹੀਂ ਚੰਗੀ ਹੈਗੀ ਤੁਸੀਂ ਇਹਨੂੰ ਨਾ ਇਹੋ ਜਿਹੇ ਕੰਮ ਕਰਾਓ ਉਦੋਂ ਦੇ ਨਾ ਪੈਲੀਆਂ ਵੀ ਗਲਵਾਉਂਦੇ ਹੋ ਯਾਰ ਭਾਬੀ ਪਤਾ ਕਿੰਨੀ ਚੰਗੀ ਏ ਮੈਨੂੰ ਪਤਾ ਬੜੀ ਚੰਗੀ ਆ ਤੈਨੂੰ ਕੀ ਪਤਾ ਉਹਦਾ ਜੇ ਚੰਗੀ ਹੁੰਦੀ ਤੇ ਇਹਦੇ ਮਗਰ ਹੀ ਫਿਰਦਾ ਮੇਰੇ ਮਗਰ ਨਹੀਂ ਕੋਈ ਆ ਗਿਆ ਉਹ ਤਾਂ ਮੁੰਡੇ ਲਫੰਡਰ ਆ ਉਹਨਾਂ ਨੂੰ ਕੋਈ ਲਿਆ ਲਿਆ ਜਹ ਨਹੀਂ ਤੇ ਭਾਬੀ ਸਾਡੀ ਪਤਾ ਕਿੰਨੀ ਚੰਗੀ ਜਿਹੜਾ ਉਹਨੇ ਦੱਸਿਆ ਪਹਿਲਾਂ ਤੇ ਵਿਚਾਰੀ ਨੇ ਦੱਸਿਆ ਨਹੀਂ ਵੀ ਲੜਾਈ ਨਾ ਹੋਏ ਕਿਤੇ ਇਹਨਾਂ ਦੀ ਹੁਣ ਅੱਜ ਇਹੋ ਜਿਹਾ ਕੱਸ ਕੇ ਆਏ ਆ ਗਾਂਖ ਚੁੱਕ ਕੇ ਗਣਾ ਵੇਖੋ ਆਹੋ ਉਹਨਾਂ ਦਾ ਸਾਰਾ ਕਸੂਰ ਕੱਢੀ ਉਹ ਤੁਹਾਡੀ ਭਾਬੀ ਤੇ ਬੜੀ ਚੰਗੀ ਦੁੱਧ ਦੀ ਧੋਤੀ ਆ ਨਾ ਇਹਦਾ ਕੋਈ ਕਸੂਰ ਹੀ ਨਹੀਂ ਹੈਗਾ ਜਿਹੜਾ ਯਾਰ ਤੂੰ 24 ਘੰਟੇ ਭਾਬੀ ਦੇ ਦੁਆਲੇ ਹੋਈ ਰਹਿਨੀ ਹੈ ਪਤਾ ਨਹੀਂ ਕੀ ਤੇਰਾ ਉਹਦੇ ਨਾਲ ਵੈਰ ਹੈ ਤੇ ਤੁਹਾਡਾ ਕੀ ਉਹਦੇ ਨਾਲ ਮੇਰਾ ਵੈਰ ਆ ਤੇ ਯਾਰ ਹੁਣ ਵਿਚਾਰੀ ਨਾਲ ਕੰਮ ਕਰ ਤੇ ਕਰਾਉਣੇ ਪੈਂਦੇ ਆ ਉਹਨੂੰ ਕਿੰਨੇ ਖੜਨਾ ਹੋਰ ਉਹਦਾ ਚੰਗਾ ਮਾੜਾ ਹੁਣ ਅਹੀ ਸੋਚਣਾ ਚੰਗਾ ਉਹਦਾ ਚੰਗਾ ਮਾੜਾ ਹੀ ਸੋਚੀ ਜਾਇਆ ਕਰੋ ਮੇਰੇ ਬਾਰੇ ਨਾ ਕੋਈ ਵੀ ਸੋਚੋ ਕਦੇ ਤੈਨੂੰ ਕਿਹੜੀ ਚੀਜ਼ ਨਹੀਂ ਮਿਲਦੀ ਕਿਹੜੀ ਚੀਜ਼ ਨਹੀਂ ਮਿਲਦੀ ਮੈਨੂੰ ਛੱਡੋ ਇਹਨਾਂ ਗੱਲਾਂ ਨੂੰ ਮੈਂ ਤਾਂ ਉਦਾਂ ਬੜੀ ਖੁਸ਼ ਹੋਈ ਆ ਗੱਲ ਸੁਣ ਕੇ ਚੰਗਾ ਸੁਗਨ ਨੌਕਰੀ ਤੇ ਨਹੀਂ ਜਾਇਆ ਕਰਨਾ ਘਰ ਦਾ ਸਾਰਾ ਕੰਮ ਤੇ ਕਰਿਆ ਕਰੋਗੀ ਨਾ ਨਾਲੇ ਮੈਂ ਤਾਂ ਤਾਨੇ ਮੇਨੇ ਮਾਰ ਕੇ ਸਾਰਾ ਕੰਮ ਕਰਾ ਲਿਆ ਕਰਨਾ ਵਾ ਬਹੁਤ ਮਾੜੀ ਸੋਚ ਆ ਤੇਰੀ ਇਦਾਂ ਨਹੀਂ ਕਿਸੇ ਦੇ ਬਾਰੇ ਸੋਚੀਦਾ ਇਹ ਸੋਚ ਵੀ ਜੇ ਤੂੰ ਉਹਦੀ ਜਗ੍ਹਾ ਹੁੰਦੀ ਤੇ ਤੇਰੇ ਨਾਲ ਕੋਈ ਇਦਾਂ ਕਰਦਾ ਕੀ ਦਿਲ ਤੇ ਬੀਤਦੀ ਤੇਰੇ ਹਾਂ ਕਿਦਾਂ ਦੀਆਂ ਗੱਲਾਂ ਬੋਲਣ ਦੇ ਹੋ ਸ਼ੁਭ ਸ਼ੁਭ ਬੋਲੋ ਮੇਰੇ ਬਾਰੇ ਨਾ ਇਦਾਂ ਦਾ ਬੋਲੋ ਹੋਵੇ ਮੇਰੇ ਦੁਸ਼ਮਣਾ ਨਾ ਜਿਹਦੇ ਨਾਲ ਹੋਣ ਦੇ ਉਹਦੇ ਨਾਲ ਹੀ ਹੋਣ ਦੋ ਉਹ ਠੀਕ ਆ ਤੇ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਭਾਬੀ ਨੂੰ ਨਾ ਕੋਈ ਵੀ ਗੱਲ ਕਰੀ ਚੰਗਾ ਠੀਕ ਹੈ ਨਹੀਂ ਕਰਦੀ ਜਾ ਆਪਣਾ ਕੰਮ ਕੁੰਮ ਕਰ ਮੈਂ ਵੀ ਵੇਖਾਂ ਭਲਾ ਕਿਹੜੀ ਭਰੀ ਕਿ ਨਹੀਂ ਕੰਮ ਹੀ ਕਰਨ ਦੀ ਆਪਣਾ ਹੋਰ ਮੈਂ ਕੀ ਕਰਨ ਦੀ ਚੱਲ ਜਾਂਦੀ ਹਾਂ ਹਾਂ ਪ੍ਰੀਤ ਹੋਰ ਸੁਣਾ ਕੀ ਹਾਲ ਆ ਠੀਕ ਆ ਵਧੀਆ ਹੀ ਚਾਹੀਦਾ ਭਾਜੀ ਠੀਕ ਨੇ ਹੋਰ ਸੱਸ ਸਹੁਰੇ ਦੀ ਸੁਣਾ ਆਪਣੇ ਦੀ ਚੱਲ ਵਧੀਆ ਬਣਾ ਸੱਸ ਸਹੁਰੇ ਚੰਗੇ ਹੋਣੇ ਚਾਹੀਦੇ ਚੱਲ ਵਧੀਆ ਜੇ ਸੱਸ ਚੰਗੀ ਹੈ ਤੇ ਕਿਹੜੀ ਖਬਰ ਦੀ ਗੱਲ ਕਰਨੀ ਆ ਹਾਂ ਹਾਂ ਮੈਂ ਵੀ ਸੁਣੀ ਉਹ ਖਬਰ ਆਹੋ ਜੇ ਕੁੜੀਆਂ ਦੀ ਗਲਤੀ ਹੁੰਦੀ ਹੈ ਤਾਂ ਹੀ ਤੇ ਮੁੰਡੇ ਮਗਰ ਆਉਂਦੇ ਆ ਐਵੇਂ ਥੋੜੀ ਮੁੰਡੇ ਮੂੰਹ ਚੁੱਕ ਕੇ ਮਗਰ ਤੁਰੇ ਆਉਂਦੇ ਆ ਗੱਲ ਤੇ ਤੇਰੀ ਸਹੀ ਆ ਤੂੰ ਕਿਹੜੀ ਖਬਰ ਦੀ ਗੱਲ ਕਰਨੀ ਆ ਉਹ ਹੀ ਆ ਜਿਹੜਾ ਸਾਡੇ ਲਾਗੇ ਪਿੰਡ ਆ ਤੇ ਉੱਥੋਂ ਦੀ ਇੱਕ ਨੂੰਹ ਸੀ ਤੇ ਉਹਦੇ ਮਗਰ ਮੁੰਡਾ ਆਉਂਦਾ ਹੁੰਦਾ ਸੀ ਤੇ ਘਰ ਆਣ ਕੇ ਆਪਣੇ ਪਰਿਵਾਰ ਨੂੰ ਨਹੀਂ ਸੀ ਦੱਸਦੀ ਹਾਂ ਹਾਂ ਮੈਂ ਵੀ ਉਹੀ ਗੱਲ ਕਰਨੀ ਆ ਹਾਂ ਗਲਤੀ ਤੇ ਸਾਰੀ ਕੁੜੀ ਦੀ ਹੋਊਗੀ ਤਾਂ ਉਹਦੇ ਘਰ ਆਣ ਕੇ ਦੱਸਦੀ ਨਹੀਂ ਸੀ ਕਿ ਕਿਤੇ ਮੇਰਾ ਕਸੂਰ ਨਾ ਨਿਕਲ ਜੇ ਤੂੰ ਸਹੀ ਕਹਿਣ ਦੀ ਆ ਆਹੋ ਭੈਣਾ ਦੁਨੀਆ ਬੜੀ ਚਲਾਕ ਆ ਆਪਣੇ ਆਪ ਨੂੰ ਬੜੀ ਚਲਾਕ ਸਮਝਦੀ ਆ ਕਿ ਕਿਸੇ ਨੂੰ ਕੁਛ ਪਤਾ ਨਹੀਂ ਲੱਗਦਾ ਜਿਵੇਂ ਘਰ 'ਚ ਤੇ ਜਿਹੜੇ ਸਾਰੇ ਜੀ ਐਵੇਂ ਹੀ ਬੈਠੇ ਨੇ ਸਭ ਪਤਾ ਹੁੰਦਾ ਵਾ ਕੀ ਗੱਲ ਨਗਰ ਜੋ ਕਹਿਣਾ ਮੂੰਹ ਤੇ ਕਿਹਾ ਇੱਕ ਮਿੰਟ ਪਲੀਜ਼ ਮੈਂ ਤੇਰੇ ਨਾਲ ਬਾਅਦ ਵਿੱਚ ਗੱਲ ਕਰਦੀ ਹਾਂ ਹਾਂਜੀ ਦੀਦੀ ਤੁਹਾਨੂੰ ਕੀ ਹੋਇਆ ਮੈਂ ਤੁਹਾਨੂੰ ਕੀ ਕਹਿਤਾ ਵਾ ਤੂੰ ਕਹਿਣ ਜੋਗਾ ਥੋੜਾ ਕੁਝ ਛੱਡਦੀ ਆ ਕਹਿ ਵੀ ਦਿੰਦੀ ਆ ਹਾਏ ਹਾਏ ਮੈਨੂੰ ਦੱਸੋ ਵੀ ਤੇ ਸਹੀ ਮੈਂ ਤੁਹਾਨੂੰ ਕਿਹਾ ਕੀ ਹੈ ਮੈਂ ਤੇ ਆਪਣੀ ਸਹੇਲੀ ਨਾਲ ਗੱਲ ਕਰਨ ਦੀ ਤੁਸੀਂ ਐਵੇਂ ਮੇਰੇ ਨਾਲ ਉਲਟਾਣ ਕੇ ਪਈ ਜਾਂਦੇ ਹੋ ਗੱਲ ਦੱਸੋ ਮੈਨੂੰ ਮੈਂ ਕੀ ਕਿਹਾ ਤੁਹਾਨੂੰ ਦੀਦੀ ਮੈਂ ਏਡੀ ਭਲੀ ਮਾਨਸਵੀ ਨਹੀਂ ਹੈਗੀ ਜਿਹੜਾ ਮਰਜ਼ੀ ਆਣ ਕੇ ਮੈਨੂੰ ਜੋ ਮਰਜ਼ੀ ਕਹੀ ਜਾਵੇ ਤੇ ਮੈਂ ਉਹਦੀ ਗੱਲ ਸੁਣੀ ਜਾਵਾਂ ਉਹ ਤਾਂ ਮੈਨੂੰ ਵੀ ਪਤਾ ਤੂੰ ਭਲੀ ਮਾਨਸ ਨਹੀਂ ਹੈਗੀ ਪਰ ਜਿਹੜੀਆਂ ਗੱਲਾਂ ਕਰਦੀਆਂ ਨਾ ਇਹ ਮੈਨੂੰ ਲਾ ਲਾ ਕੇ ਕਰ ਦਿੰਦੀਆਂ ਚੋਰ ਨੂੰ ਨਾ ਆਪਣਾ ਹੀ ਭਲਾ ਸੋਚਦਾ ਹੁੰਦਾ ਨਾਲੇ ਤੁਸੀਂ ਮੈਨੂੰ ਦੱਸੋ ਮੈਂ ਤੁਹਾਡਾ ਨਾਂ ਲਿਆ ਵਾ ਮੈਂ ਇੱਕ ਵਾਰੀ ਵੀ ਕਿਹਾ ਵਾ ਵੀ ਸਾਡੀ ਭਾਬੀ ਜਿਹੜੀ ਉਹਦੀ ਆ ਗੱਲ ਉੱਡੀ ਆ ਕੋਈ ਨਾ ਵੇ ਡੀ ਭੋਲੀ ਨਾ ਬਣਿਆ ਕਰ ਮੈਂ ਨਹੀਂ ਕਦੇ ਸੋਚਿਆ ਕਿ ਤੂੰ ਇਦਾਂ ਗੱਲਾਂ ਕਰੇਂਗੀ ਪਰ ਇਹ ਤੇਰੀਆਂ ਗੱਲਾਂ ਚੰਗੀਆਂ ਨਹੀਂ ਹੋ ਆਹੋ ਕਰਨ ਦੀ ਤੁਹਾਡੀ ਗੱਲ ਕੀ ਕਰ ਲੋਗੇ ਤੁਸੀਂ ਮੈਨੂੰ ਜੇ ਤੁਸੀਂ ਇਦਾਂ ਦੇ ਕੰਮ ਕੀਤੇ ਤਾਂ ਹੀ ਤੇ ਮੈਂ ਗੱਲ ਕਰਨ ਨਹੀਂ ਹਾਂ ਉਹਦੇ ਨਾਲ ਦੱਸੋ ਮੈਨੂੰ ਬੋਲੋ ਹੁਣ ਤੂੰ ਇਹੀ ਗੱਲਾਂ ਕਰ ਸਕਦੀ ਹੈ ਹੋਰ ਨਹੀਂ ਕੁਝ ਕਰ ਸਕਦੀ ਕਿਹੜੀ ਚਲਾਕ ਆ ਹੁਣ ਸੱਚੀਆਂ ਸੁਣੀਆਂ ਤੇ ਕਿਹੜੀ ਛੇਤੀ ਗਈ ਭਾਜੀ ਨਾਮ ਨੂੰ ਕੁਝ ਸਮਝਾ ਲਓ ਵੀ ਬੋਲਣ ਲੱਗਿਆ ਕੁਝ ਨਹੀਂ ਸੋਚਦੀ ਪੁੱਛ ਲਓ ਉਹਨੂੰ ਆਪ ਹੀ
ਤੈਨੂੰ ਕੀ ਆਹਣਾ ਹੋ ਯਾਰ ਆਪਣੀ ਭਾਬੀ ਨੂੰ ਸਮਝਾਉਣ ਮੈਂ ਨਾ ਲੱਗੀ ਜਾਂਦੀ ਆ ਕਿ